ਤੁਸੀਂ ਦੇਖ ਰਹੇ ਹੋ ঈগল আই 24 ਆਵਰਸ ਚੈਨਲ ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤੁਹਾਡਾ ਆਪਣਾ ਪੱਤਰਕਾਰ ਤਾਰੀ ਲੁਧੀਆਣਾ ਆਰ ਤੋਂ ਨਵਾਂ ਸ਼ਹਿਰ ਰੋਡ ਦੇ ਵਿੱਚ ਕਾਰ ਪੈਂਦੇ ਪਿੰਡ ਘਟਾਰੋਂ ਪੈਟਰੋਲ ਪੰਪ ਦੇ ਕੋਲ ਇੱਕ ਗੱਡੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਜਾਣਕਾਰੀ ਦਿੰਦੇ ਹੋਏ ਇਸ ਗੱਡੀ ਦੇ ਮਾਲਕ ਗੁਰਕਰਨ ਸਿੰਘ ਅਰੋੜਾ son of ਸਤਵਿੰਦਰ ਸਿੰਘ ਅਰੋੜਾ ਵਾਸੀ ਲੁਧਿਆਣਾ ਆਪਣੀ ਮਰਸਡੀ ਗੱਡੀ C H O 1 A E 5555 -55 2011 ਮਾਡਲ ਵਿੱਚ ਲਗਭਗ 9:00 ਵਜੇ ਨਵਾਂ ਸ਼ਹਿਰ ਲੁਧਿਆਣਾ ਜਾ ਰਿਹਾ ਸੀ ਜਦੋਂ ਗੱਡੀ ਘਟਾਰੋ ਪੈਟਰੋਲ ਪੰਪ ਤੋਂ ਅੱਗੇ ਗਈ ਤਾਂ ਗੱਡੀ ਦੇ ਅੱਗੇ ਕੋਈ ਪਸ਼ੂ ਆ ਗਿਆ ਅਤੇ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਖੱਬੇ ਪਾਸੇ ਦਰਾਖਤ ਵਿੱਚ ਜਾ ਟਕਰਾਈ ਉਸਨੇ ਦੱਸਿਆ ਜਦੋਂ ਗੱਡੀ ਟਕਰਾਈ ਤਾਰਾਸ ਪਾਕ ਮਾਰਨ ਦੇ ਕਾਰਨ ਗੱਡੀ ਨੇ ਅੱਗ ਦੀ ਲਪੇਟ ਵਿੱਚ ਆਣਾ ਸ਼ੁਰੂ ਕਰ ਦਿੱਤਾ ਅਤੇ ਗੱਡੀ ਦੇ 에ਅਰ ਬੈਗ ਖੁੱਲ ਗਏ ਉਸ ਵੱਲੋਂ ਜਲਦੀ ਤੱਕ ਹੀ ਖੋਲ ਕੇ ਆਪਣੀ ਜਾਨ ਬਚਾਈ ਅਤੇ ਮੌਕੇ ਤੇ ਥਾਣਾ ਔਰ ਦੀ ਪੁਲਿਸ ਵੱਲੋਂ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਅੱਗ ਭਿਆਨਕ ਹੋਣ ਦੇ ਕਰਕੇ ਗੱਡੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਤਾਰੀ ਲੋਦੀਪੁਰੀ ਅਧਿਖਾਸ